ਸੋ ਗੁਰੂ ਤੇ ਪਿਆਰੋ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਵਿੱਚ ਸ਼ਰਾਬ ਨਾ ਕਦੇ ਵੀ ਪੀਆ ਕਰੋ। ਜੇ ਪੀਣੀ ਹੈ ਤੇ ਫਿਰ ਰੱਜ ਕੇ ਪੀਆ ਕਰੋ। ਤੇ ਪੀਣੀ ਕਿਹੜੀ ਹੈ? ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਆ ਦੂਜੀ ਗੰਦੀ ਸ਼ਰਾਬ ਨਾ ਪੀਓ। ਪੀ ਕੇ ਕੀ ਹਾਲਤ ਹੈ? ਰੂੜੀਆਂ ਤੇ ਡਿੱਗਦੇ ਫਿਰਦੇ ਧੀਆਂ ਭੈਣਾਂ ਦੀ ਇੱਜ਼ਤ ਤੱਕਦੇ ਹੈ। ਬੁਰੀ ਹਾਲਤ ਹੋ ਰਹੀ ਹੈ, ਕੁੱਤੇ ਮੂੰਹ ਤੇ ਧਾਰਾਂ ਮਾਰਦੇ, ਪੁਲਿਸ ਵੱਖਰਾ ਕੁੜਦੀ ਹੈ, ਧੀਆਂ ਭੈਣਾਂ ਦੀ ਇੱਜ਼ਤ ਤੱਕਦੇ। ਇਹ ਤੋਂ ਬਚੋ। ਅਸੀਂ ਸ਼ਰਾਬ ਤੋਂ ਕਿਸੇ ਨੂੰ ਹਟਾਉਂਦੇ ਨਹੀਂ, ਪਰ ਸੱਚੀ ਸ਼ਰਾਬ ਤੋਂ, ਝੂਠੀ ਤੋਂ ਜ਼ਰੂਰ ਰੋਕਦੇ ਹੈ। ਸੱਚੀ ਸ਼ਰਾਬ ਬਾਰੇ ਕੱਢਣ ਦਾ ਤਰੀਕਾ ਜਿਵੇਂ ਦੂਜੀ ਸ਼ਰਾਬ ਕੱਢੀ ਦੀ ਹੈ, ਇਸੇ ਤਰ੍ਹਾਂ ਗੁਰਮਤ ਦੀ ਸ਼ਰਾਬ ਵੀ ਕੱਢਣੀ ਹੈ, ਪਰ ਇਹ ਭਾਂਡੇ ਵੱਖਰੇ ਹੈ। ਜਿਵੇਂ ਘੜੇ 'ਚ ਪਾਣੀ ਪਾਈਦਾ, ਸੱਕ ਸੁੱਕ ਪਾ ਲਈਦਾ, ਕਈ ਅੰਗੂਰ ਪਾਉਂਦੇ ਸੁਗੰਧੀ ਆਉਂਦੀ ਰਹੇ, ਫਿਰ ਉਹਨੂੰ ਮਿੱਠੀ ਮਿੱਠੀ ਅੱਗ ਮੰਨੀ ਮਚਾਉਂਦੇ ਹਨ ਥੋੜ੍ਹੀ ਥੋੜ੍ਹੀ, ਫਿਰ ਬਟਣੀ ਉੱਪਰ ਮੂਧੀ ਮਾਰਦੇ ਨਾਲ ਹੀ ਲਾਉਂਦੇ ਹੈ, ਗਿੱਲੀ ਲੀਰ ਲਪੇਟ ਕੇ ਉੱਪਰ ਲਾਉਂਦੇ, ਭਾਫ ਨਾ ਵੇਚਦੀ ਨਿਕਲ ਜਾਵੇ, ਫਿਰ ਬੋਤਲ 'ਚ ਪਾ ਕੇ ਪੀ ਕੇ ਫਿਰ ਕਮਲੇ ਹੁੰਦੇ ਹੈ। ਪਰ ਗੁਰਮਤ ਦੀ ਸ਼ਰਾਬ ਇਹੋ ਜਿਹੀ ਨਹੀਂ। ਗੁਰਮਤ ਦੀ ਸ਼ਰਾਬ ਹੈ ਕਿਉਂਕਿ ਧਨਾਸਰੀ ਮਹੱਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਸੁਯੁਗਮ ਹੈ। ਸੋ ਕਹੀ ਆ ਤਾਂ ਸੂਰਾ ਪੰਗਤੀ ਹੈ, ਪਹਿਲੀ ਇਹਦੇ ਆਧਾਰ 'ਤੇ ਆਪਾਂ ਚੱਲਣਾ ਹੈ। ਸ਼ਰਾਬ ਪੀ ਕੇ ਕਈ ਕੰਦੋਲੀਆਂ ਢਾਉਂਦੇ, ਕਹਿੰਦੇ ਅਸੀਂ ਸੂਰਮੇ ਹੈ। ਕਈ ਧੀਆਂ ਭੈਣਾਂ ਦੀ ਤੱਕਦੇ, ਕਹਿੰਦੇ ਸੂਰਮੇ ਹੈ। ਕਈ ਕਹਿੰਦੇ ਮੈਂ ਪੋਹਾ ਪੀਤਾ, ਦੂਜਾ ਕਹਿੰਦਾ ਮੈਂ ਅਜਗਾ ਪੀਤਾ, ਤੀਜਾ ਕਹਿੰਦਾ ਮੈਂ ਬੋਤਲ ਪੀ ਜਾਂਦਾ। ਕਈ ਨਿਕੰਮੇ ਪੰਜ ਪੰਜ ਪੀਣ ਵਾਲੇ ਵੀ ਹੈ ਨਾ, ਕਹਿੰਦੇ ਅਸੀਂ ਸੂਰਮੇ ਹੈ। ਪਰ ਨਹੀਂ, ਬਦਮਾਸ਼ ਤੇ ਹੋਰ ਭੈੜੇ ਤਾਂ ਖਵਾ ਸਕਦੇ, ਸੂਰਮਾ ਤਾਂ ਗੁਰੂ ਕਾ ਸਿੱਖ ਹੁੰਦਾ ਹੈ। ਉਹਦੇ ਬਾਰੇ ਦੱਸਿਆ ਭਾਈ, ਜੇ ਸ਼ਰਾਬ ਪੀਣੀ ਹੈ ਤੇ ਗੁਰਮਤ ਦੀ ਪੀਆ ਕਰੋ। ਕਿਹੜੀ ਸ਼ਰਾਬ ਹੈ? ਗੁਣ ਕਰ, ਗਿਆਨ, ਧਿਆਨ ਕਰ, ਧਾਵਾ ਬਚਨ ਕਹੇ ਹੈ। ਜਿਹੜਾ ਗਿਆਨ ਦੇ ਧਾਰ ਨਹੀਂ ਹੋਣਾ, ਗੁੜ ਪਾਉਣਾ। ਜਿਹੜਾ ਪਰਮੇਸ਼ਰ ਧਿਆਨ ਜੋੜਨਾ, ਧਾਵੇ ਦੇ ਫੁੱਲ ਪਾਉਣੇ ਅੰਗੂਰਾਂ ਦੇ ਥਾਂ। ਜਿਹੜੀ ਪ੍ਰੇਮਾ ਭਗਤੀ ਕਰਨੀ ਹੈ, ਸੱਕ ਪਾਉਣਾ। ਜਿਹੜੀ ਭਾਵਨਾ ਕਰ ਰਹੀ ਹੈ, ਭੱਠੀ ਬਣਾਉਣੀ ਹੈ। ਜਿਹੜਾ ਗੁਰੂ ਕੇ ਨਾਲ ਪ੍ਰੇਮ ਕਰਨਾ, ਪੋਚਾ ਦੇਣਾ। ਤੇ ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ, ਇਹ ਪਾਣੀ ਪਾਉਣਾ। ਤੇ ਉਪਦੇਸ਼ ਰੂਪੀ ਤੀਲੀ ਹੈ। ਸੋ ਬ੍ਰਹਮ ਅਭਿਆਸ ਰੂਪੀ ਗੁਰੂ ਕੇ ਪਿਆਰੋ ਅੱਗ ਹੈ। ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਲੱਕੜਾ ਹੈ। ਇਹਨਾਂ ਨੂੰ ਲਾ ਕੇ ਅਭਿਆਸ ਕਰਕੇ ਇਹਨਾਂ ਦੀ ਨਿਵਰਤੀ ਕਰਨੀ ਹੈ, ਸਾੜਨਾ। ਵਿਸ਼ਿਆਂ ਨੂੰ, ਵਿਕਾਰਾਂ ਨੂੰ ਤਿਆਗ ਦੇਣਾ, ਸਾੜਨਾ ਲੱਕੜਾਂ ਨੂੰ। ਮਿੱਠੀ ਮਿੱਠੀ ਅੱਗ ਬਚਾ ਕਰਕੇ ਸਹਿਜ ਬਲੋਜ ਤੱਤ ਨੂੰ ਜਾਈ, ਨੀਠ ਨੀਠ ਮਨ ਕੀਆ ਧੀਰਾ, ਐਸੀ ਅੱਗ ਬਾਲ ਕੇ ਤੇ ਫਿਰ ਅੰਤਸ਼ਕਰ ਰੂਪੀ ਇਹ ਘੜਾ ਬਣਾ ਲੈਣਾ। ਇਹਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ। ਕਰਕੇ ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਆਤਮ ਸ਼ੈਲੀ ਬੁੱਧੀ ਰੂਪ ਇਹ ਬਠੜੀ ਬਣਾ ਲੈਣੀ ਹੈ, ਅੰਤਸ਼ਕਰ ਰੂਪੀ ਘੜੇ ਤੇ ਮੂਧੀ ਮਾਰ ਲੈਣੀ ਹੈ। ਤੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨਾ, ਮੇਰਾ ਮਨ ਅੰਤਰ ਕੀ ਪੀਰ। ਇਹ ਪ੍ਰੇਮ ਦੇ ਤੀਰ ਮਾਰ ਕੇ ਛੇਕ ਪਾ ਲੈਣੇ ਹੈ। ਤੇ ਫਿਰ ਗੁਰੂ ਕੇ ਪਿਆਰੇ ਬੇਨਤੀ ਨੂੰ ਸੰਸਾਰ ਵੱਲੋਂ ਰੋਕ ਕੇ ਪਰਮੇਸ਼ਰ ਵੱਲ ਲਾਉਣਾ, ਇਹ ਨਾਲੀ ਬਣਾ ਲੈਣੀ ਹੈ। ਤੇ ਜਿਹੜੀ ਭਗਤੀ ਕਰਦੇ ਹੰਗਤਾ ਫੁਰਨੀ, ਇਹ ਭਾਫ ਫੁੱਟਣੀ ਹੈ। ਇਹਨੂੰ ਬਚਾਉਣ ਵਾਸਤੇ ਸਾਰਿਆਂ ਦੇ ਚਰਨ ਦੀ ਧੂੜੀ ਬਣ ਕੇ ਰਹਿਣਾ, ਨਿਮਰਤਾ ਰੂਪ ਇਹ ਗਿੱਲੀ ਲੀਰ ਲਪੇਟ ਕੇ ਉੱਪਰ ਲਾ ਲੈਣੀ ਹੈ। ਤੇ ਬਾਣੀ ਉੱਚਰਾ ਸਾਧ ਜਨ ਅੰਨੇ ਚੱਲਾ ਝਰਨੇ, ਐਸੀ ਜਦੋਂ ਸ਼ਰਾਬ ਨਿਕਲੇਗੀ ਉਸ ਵੇਲੇ ਗੁਰੂ ਕੇ ਪਿਆਰੇ ਪ੍ਰੀਤ ਰੂਪੀ ਰਸਨਾ ਦੇ ਨਾਲ ਜਦੋਂ ਘੁੱਟਾ ਭਰ ਅਭਿਆਸ ਕਰੋ, ਘੁੱਟਾ ਭਰ ਕੇ ਅੰਦਰ ਲੰਘਾਵਾਂਗੇ, ਉਸ ਵੇਲੇ ਕਹਿ ਸਕਾਂਗੇ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਦੱਸੋ ਕਦੇ ਪੀਤੀ ਹੈ ਵੀ ਪਊਆ? ਕਿੰਨੇ ਕੁ ਆਪਣੇ ਭਲਾ ਇਹੋ ਜਿਹੀ ਸ਼ਰਾਬ ਪੀਣ ਵਾਲੇ, ਕਿੰਨੇ ਜਪਜੀ ਸਾਹਿਬ ਪੜ੍ਹਦੇ ਨਿੱਤ,
ਕਿੰਨਿਆਂ ਨੇ ਸੁਖਮਨੀ ਸਾਹਿਬ ਕੰਠ ਹੈ, ਕਿੰਨਿਆਂ ਨੇ ਨਜ਼ਮ ਕੀਤਾ ਪੰਜ ਬਾਣੀਆਂ ਪੜ੍ਹੇ ਬਿਨਾਂ ਜਲ ਪਾਣੀ ਨਹੀਂ ਛਕਣਾ, ਕਿੰਨੇ ਆਪਣੇ ਵਿੱਚ ਅਭਿਆਸੀ ਆ ਕਿ ਪੰਜ ਗ੍ਰੰਥੀ ਪੜ੍ਹੇ ਬਿਨਾਂ ਰੋਟੀ ਨਹੀਂ ਖਾਣੀ, ਹੈ ਕੋਈ?